ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਵਾਲੀਕੁਮ ਮਾੜੀਓ ਭੈਣੋ ਅਤੇ ਮਾੜੇ ਭਰਾਓ, ਅੱਜ ਪਕਾਓ ਹਲਵਾ ਤਾਂ ਖਾਓ ਹਲਵਾ। ਇਹ ਕਹਿ ਰਾਸ਼ਦ ਸਾਹਿਬ ਜਨਾਬ, ਤੁਸੀਂ ਤਾਂ ਸਾਡਾ ਡਾਇਲੋਗ ਹੀ ਚੇਂਜ ਕਰੀ ਓੜਾ। ਇਸ ਨਾਲ ਆਉਣਾ ਅੱਜ ਸਾੜੀਆਂ ਸੁਣੋ ਨਾ, ਸਾੜੀਆਂ ਸੁਣੋ ਤਾਂ ਆਪਣੀਆਂ ਸੁਣਾਓ। ਤੁਸੀਂ ਅੱਜ ਵਿਹਲਾ ਮੌਸਮ ਹੈ ਕਿਉਂਕਿ ਮੌਸਮ ਆ ਠੰਡੇ ਠਾਰ, ਬਾਰਿਸ਼ ਲੱਗੀ ਹੋਈ ਆ ਅੱਜ। ਅੱਛਾ ਅੱਛਾ ਅੱਛਾ, ਇਸ ਉਸਨੇ ਮੁਨਾਸਬਤ ਨਾਲ ਮਾਸ਼ਾਅੱਲਾ ਜੀ। ਇਸ ਦਾ ਮਤਲਬ ਹੈ ਰਾਸ਼ਦ ਸਾਹਿਬ ਕਿ ਸਾਡਾ ਡਾਇਲੋਗ ਜਿਹੜਾ ਨਹੀਂ ਹੈ ਕੁਸਾ ਜਗ੍ਹਾ ਪਰ ਫਿੱਟ ਕਰੀ ਸਕਦੇ ਹੋ ਤੁਸੀਂ, ਬਿਹਤਰੀਨ ਹੋਈ ਗਿਆ ਜੀ ਮਾਸ਼ਾਅੱਲਾ। ਇਸ ਦਾ ਮਤਲਬ ਹੈ ਕਿ ਮਾੜੀਓ ਭੈਣੋ ਤਾਂ ਮਾੜੇ ਭਰਾਓ, ਅੱਜ ਪਕਾਓ ਹਲਵਾ ਤਾਂ ਖਾਓ ਹਲਵਾ। ਵਾਹ ਜੀ ਵਾਹ, ਮੌਸਮ ਕਿਉਂਕਿ ਚੇਂਜ ਹੋਈ ਗਿਆ ਨਾ, ਕਾਫੀ ਜ਼ਿਆਦਾ ਬਾਰਿਸ਼ਾਂ ਸ਼ੁਰੂ ਹੋਈ ਗਈਆਂ, ਠੰਡਾ ਮੌਸਮ ਹੈ। ਨੈਕਸਟ ਮਹਿਕਮੇ ਮੌਸਮਿਆਤ ਨੇ ਕਿੰਨੇ ਦਿਨ ਬਾਰਿਸ਼ਾਂ ਦੀ ਪੇਸ਼ਨਗੋਈ ਕੀਤੀ ਰਾਸ਼ਦ ਸਾਹਿਬ? ਐਤਵਾਰ ਤੱਕ ਬਾਰਿਸ਼ ਨੂੰ ਦੱਸੀ ਹੈ, ਐਤਵਾਰ ਤੱਕ ਪੇਸ਼ਨਗੋਈ ਕੀਤੀ ਹੈ। ਲੇਕਿਨ ਰਾਸ਼ਦ ਸਾਹਿਬ ਮਸਲਾ ਇਹ ਹੋਈ ਗਿਆ ਨਾ ਕਿ ਮੈਂ ਕਰਾਈ ਉੜੀ ਹੈ ਟਿੰਡ, ਉਹਨਾਂ ਦਿਹਾੜਿਆਂ 'ਚ ਮੌਸਮ ਸਾ ਥੋੜ੍ਹਾ ਜਿਹਾ ਗਰਮ, ਮਤਲਬ ਕਿ ਗਰਮੀ ਨਹੀਂ ਸ਼ਿੱਦਤ ਕਾਫੀ ਜ਼ਿਆਦਾ ਹੋਈ ਗਈ ਸੀ। ਹੁਣ ਜਿਸਲੇ ਪੈਣੀ ਨਾ ਪਟਕਾਰ ਉੱਪਰ, ਬਾਰਿਸ਼ ਪੈਣੀ ਨਾ ਟਿੰਡੇ ਪਰ, ਤਾਂ ਬੜਾ ਕੁਝ ਹੋਣਾ, ਸਕੂਨ ਤਾਂ ਨਹੀਂ ਲੱਭਣਾ। ਮੈਂ ਆਉਣਾ ਬੜਾ ਫਿਰ ਹੋ ਜਾਣਾ, ਟੈਨਸ਼ਨ ਜੀ ਹੋਈ ਜਾਣੀ, ਇੱਕ ਠਾ ਠਾ ਨਹੀਂ ਆਵਾਜ਼ ਚ, ਜਿਸ ਤਰ੍ਹਾਂ ਠੰਡਕ ਵੀ ਮਹਿਸੂਸ ਹੋ, ਜਿਸ ਤਰ੍ਹਾਂ ਨਹੀਂ LOC ਪਰ ਗੋਲਾਬਾਰੀ ਹੋਣੀ, ਉਹ ਸਾਫ ਮਾੜੇ ਹੋਣੀ ਇਸ ਤਰ੍ਹਾਂ ਚੱਲੀ ਰਿਹਾ ਦਿਮਾਗ, ਹੁਣ ਟੋਪੀ ਵੀ ਨਾ ਲਾਈ ਸਕਣੇ। ਅਤੇ ਰਾਸ਼ਦ ਸਾਹਿਬ ਜਿਸ ਤਰ੍ਹਾਂ ਜ਼ਿਕਰ ਕਰੀ ਰਹੇ ਸੀ, ਗਰਾਊਂਡ ਹੀ ਤੁਸੀਂ ਚੈੱਕ ਕਰੀ ਸਕਦੇ ਹੋ, ਇਹ ਚੈੱਕ ਕਰੋ ਸਾਡਾ ਸਕੂਲ ਨਾ ਗਰਾਊਂਡ ਹੈ, ਔਰ ਇੱਥੇ ਬਾਰਿਸ਼ ਨਾ ਪਾਣੀ ਇਸ ਟਾਈਮ ਇਕੱਠਾ ਹੋਇਆ ਵਾ। ਲੋਕੇਸ਼ਨ ਇਸ ਟਾਈਮ ਸੋ ਕਿ ਦੱਸਣੇ ਚੱਲਾਂ ਕਿ ਅਸੀਂ ਮੌਜੂਦ ਹਾਂ ਗੌਰਮੈਂਟ ਬੋਆਇਜ਼ ਹਾਈ ਸਕੂਲ ਖਾਦਮਾਬਾਦ, ਜਿਹੜਾ ਕਿ ਸਾਡਾ ਸਕੂਲ ਹੈ, ਔਰ ਛੁੱਟੀ ਹੋਈ ਚੁੱਕੀ ਸੀ ਅਤੇ ਮੌਸਮ ਬੜਾ ਖੁਸ਼ਗਵਾਰ ਸੀ, ਅਤੇ ਮੈਂ ਹੈ ਰਾਸ਼ਦ ਸਾਹਿਬ ਕਿ ਅੱਜ ਵੀਡੀਓ ਬਣਾਈ ਤਾਂ ਜਾਣੀ। ਅਤੇ ਮਾਸ਼ਾਅੱਲਾ ਸਾਡੀ ਬਿਲਡਿੰਗ ਵੀ ਸਟਾਰਟ ਹੈ, ਨਿਊ ਬਿਲਡਿੰਗ ਨਾਲ ਕੰਮ ਵੀ ਜਾਰੀ ਹੈ, ਅਤੇ ਬਿਲਡਿੰਗ ਜਦੋਂ ਮੁਕੰਮਲ ਹੋਈ ਉਹ ਵੀ ਤੁਸੀਂ ਕਿ ਦੱਸਾਂ, ਖੂਬਸੂਰਤ ਸਕੂਲਾਂ ਵਿੱਚੋਂ ਸਾਡਾ ਇਸ ਸਕੂਲ ਹੈ, ਬਹੁਤ ਬੜੇ ਅਹਾਤੇ ਵਿੱਚ ਹੈ। ਇਹ ਗਰਾਊਂਡ ਫਿਲਹਾਲ ਰਾਸ਼ਦ ਸਾਹਿਬ ਖਾਲੀ ਹੈ ਅੱਜ, ਵੈਸੇ ਬੱਚੇ ਜੈਸੇ ਛੁੱਟੀ ਹੋਣੀ ਨਾ ਤਾਂ ਇੱਥੇ ਆਈ ਜਾਣੇ ਉਹਨੇ, ਅੱਜ ਬਾਰਿਸ਼ ਨਹੀਂ ਵਜ੍ਹਾ ਸੋਝਿਆ, ਅੱਜ ਬਾਰਿਸ਼ ਹੀ ਮਿਲਣਾ, ਉਹਨਾਂ ਵੀ ਪਕਾਇਆ ਸੀ ਹਲਵਾ, ਘਰ ਜਾਈ ਹਲਵਾ ਹੀ ਖਾਣਾ ਸੀ, ਜਲਦੀ ਜੁਲਣਾ, ਸਰਦੀ ਲੱਗੀ ਹੋਈ ਹੈ, ਗਰਮ ਗਰਮ ਹਲਵਾ ਖਾਈਆ। ਤਾਂ ਰਾਸ਼ਦ ਸਾਹਿਬ ਅੱਜ ਗੱਲ ਤੁਸੀਂ ਹਲੇ ਵੇਲੀ ਸਟਾਰਟ ਕੀਤੀ, ਉਹਨੇ ਨਾ ਜਿਹੜਾ ਬੋਲਿਆ ਉਹ ਦਰਵਾਜ਼ਾ ਖੋਲਿਆ, ਅੱਜ ਬਨਾਸੋ ਹਲਵਾ ਤੁਸਾਂ ਤਾਂ ਖਾਸਾਂ ਹਲਵਾ, ਸਾਂ ਜੁਲਣਾ ਮਤਲਬ ਪੱਕਾ ਹੋ ਸੀ ਅੱਜ ਹਲਵਾ, ਇਹ ਤੁਸਾਂ ਪਕਾਇਆ ਹੋ ਸੀ, ਤੁਸਾਂ ਵੀ ਕਿਸੇ ਨਹੀਂ ਬੇੜੀਆਂ ਵਿੱਚ ਬੱਟਾ ਦੇਸੋ ਤੇ ਆਪਣਾ ਕੋਈ ਤੱਕੋ ਆਪਣਾ, ਮੁਲਤਾਨੀ ਸੋਨ ਹਲਵਾ ਖਿਲਵਾਇਆ ਸਾ ਰਾਸ਼ਦ ਸਾਹਿਬ ਸਿੰਘ, ਮੁਲਤਾਨ ਸੋ ਸਪੈਸ਼ਲ ਸਾਡੇ ਭੇਜਿਆ ਸਾ ਮਾਸ਼ਾਅੱਲਾ ਜੀ। ਤੱਕੋ ਨਾ ਜਿਸ ਸਾਡੇ ਯੂਟਿਊਬ ਚੈਨਲ ਜਿਤਨਾ ਜਿਤਨਾ ਪ੍ਰਮੋਟ ਹੋਈ ਰਿਹਾ, ਸਾਡੇ ਦੋਸਤ ਅਖਬਾਬ ਵੀ ਕਾਫੀ ਜ਼ਿਆਦਾ ਹਲਕਾ ਬਾਬ ਬੜੀ ਰਿਹਾ ਮਾਸ਼ਾਅੱਲਾ, ਅਸਾਂਕਿ ਮੁਲਤਾਨ ਸੋ ਸੋਨ ਹਲਵਾ ਐਜ਼ ਅ ਗਿਫਟ ਆਇਆ ਸਾ, ਅਤੇ ਉਹ ਖਾਧਾ ਮਾਸ਼ਾਅੱਲਾ ਬੜਾ ਸਵਾਦ ਆਇਆ, ਤੁਸਾਂ ਕੀ ਦਿੱਤਾ ਸਾਨੂੰ ਰਾਜ ਸਾਹਿਬ, ਇੱਥੇ ਸਕੂਲ ਪੂਰਾ ਡੱਬਾ ਆਉਂਦਾ ਸਾ ਪੂਰਾ ਪਾਕਟ, ਉਹ ਦੱਸਿਆ ਨਹੀਂ ਸਾ ਨਾ ਸਕੂਲ ਵਲੋਗਿੰਗ ਨਹੀਂ ਨਾ ਹੋਈ ਸੀ। ਤਾਂ ਬਾਕੀ ਮਾਸ਼ਾਅੱਲਾ ਇਹ ਜਿਹੜਾ ਏਰੀਆ ਹੈ ਰਾਸ਼ਦ ਸਾਹਿਬ, ਇਹ ਮੋੜਾ ਡਲ ਹੈ, ਡਲ ਨਾ ਮਤਲਬ ਹੋਣਾ ਕਿ ਟਈ ਪਿਆ, ਡਲੀ ਗਿਆ, ਜਾਂ ਸੂਰਜ ਡਲ ਜਾਣਾ ਆ, ਇਹ ਇਸ ਨਾਲ ਵੀ ਡਲ ਹੀ ਹੈ। ਨਾਲ ਬਾਜ਼ਾਰ ਰਾਸ਼ਦ ਸਾਹਿਬ, ਇਹ ਬਾਜ਼ਾਰ ਹੈ, ਨਾਲ ਹੀ ਰੋਡ ਹੈ, ਮੇਨ ਰੋਡ ਨਾਲ ਬਾਜ਼ਾਰ ਹੈ, ਪੂਰਾ ਉੱਤੋਂ ਬਾਜ਼ਾਰ ਸ਼ੁਰੂ ਹੋਣਾ ਆ ਔਰ ਨੀਚੇ ਤੱਕ ਜਾਣਾ ਆ। ਅਤੇ ਇਹ ਜਿਹੜਾ ਏਰੀਆ ਪਿਛਲਾ ਮੋੜਾ ਕਿੱਕਰੀਆਂ, ਇਹ ਮਲਕਾਣਾ ਮੋੜਾ ਵੀ ਆਹੀ ਸਕਦੇ ਹੋ। ਅਤੇ ਰਾਸ਼ਦ ਸਾਹਿਬ ਇਹ ਮੋੜਾ ਉਸ ਅੱਗੇ ਨਾਂ ਦੱਸਣੇ ਸੀ, ਇਹ ਸਕੂਲ ਨੇ ਸਾਹਮਣੇ ਕਿਹੜਾ ਆ, ਨਹੀਂ ਆ ਖੋਖਰਾ, ਖੋਖਰਾ ਨਾ ਮਤਲਬ ਕਿ ਖੋਖਰ, ਖੋਖਰ ਕਹਿ ਹੋਣੇ ਜੀ, ਨਹੀਂ ਕੀ ਆਖਣੇ ਜੀ, ਇਹ ਨਹੀਂ ਨਹੀਂ ਸਾਰੀ ਟੋਕ ਹੈ, ਨਹੀਂ ਪਹਿਲੇ ਜ਼ਮਾਨੇ 'ਚ ਹੀ ਹੋਣਾ ਸਾ ਕਿ ਜਿਹੜਾ ਸੱਦਾ ਲਾਣੇ ਘਰਾਂ ਘਰਾਂ ਵਿੱਚ, ਜਿਸ ਤਰ੍ਹਾਂ ਨਹੀਂ ਹੋਣਾ ਸਾ ਕਿਸੇ ਨੇ ਵਿਆਹ ਹੋਏਗੀ, ਸ਼ਾਦੀ ਹੋਏਗੀ, ਤੁਸਾਂ ਨਹੀਂ ਹੋਈ ਸੀ ਤਾਂ ਉਸਨੇ ਨਹੀਂ ਲਾਏ ਤੇ ਸੱਦੇ ਹਾਲਾ, ਇਹਨਾਂ ਨਹੀਂ ਉਹ ਸੀ ਨਾ ਮਾੜਾ ਖੜਾ, ਮਤਲਬ ਕਿ ਜਨਾਬ ਸੱਦੇ ਲਾਣੇ ਹੋਣੇ ਨਹੀਂ, ਅਤੇ ਅੱਜ ਕੱਲ੍ਹ ਰਿਵਾਜ ਨਹੀਂ ਰਿਹਾ ਨਹੀਂ ਨਾ, ਉਹ ਕਾਰਡਾਂ ਵਾਲਾ ਸਿਸਟਮ ਆਈ ਗਿਆ, ਕਾਰਡ ਵੀ ਨਹੀਂ ਦੇਣੇ, ਨਹੀਂ ਵੀ ਜਿਹੜਾ ਨਹੀਂ ਜਦੀਦ ਹੋਈ ਗਏ, ਅਤੇ ਅੱਜ ਕੱਲ੍ਹ ਕਾਰਡ ਵਾਲਾ ਸਿਸਟਮ ਚਲੀ ਗਿਆ ਕਿ ਕਾਰਡ ਦੇ ਜ਼ਰੀਏ ਪੈਗਾਮ ਦੇਈ ਉਹਨੇ, ਲੇਕਿਨ ਪਹਿਲੇ ਉਹ ਨਹੀਂ, ਇਹ ਉਹ ਨਹੀਂ ਹੈ ਜੀ, ਉਹ ਜਿਹੜੇ ਬਾਲ ਕੱਟਣੇ ਉਹ ਨਹੀਂ ਹੋਣੇ ਸੇ, ਇਹ ਦੋਵੇਂ ਕੰਮ ਕਰਨੇ, ਅੱਛਾ ਇਹ ਦੋਵੇਂ ਕੰਮ ਕਰਨੇ, ਮੈਂ ਆਉਣਾ ਇਹ ਬਾਏ ਵਨ ਗੈਟ ਵਨ ਫਰੀ, ਇਹਨਾਂ ਦੋਵੇਂ ਕੰਮ ਰੱਖੇ ਹੋਣਾ ਵੀ ਸਾਰਾ ਚਾਹੀਦਾ ਮਾਸ਼ਾਅੱਲਾ। ਅਤੇ ਬਿਹਤਰੀਨ ਲੋਕੇਸ਼ਨ, ਬਿਹਤਰੀਨ ਵੈਦਰ, ਮੌਸਮ ਮਾਸ਼ਾਅੱਲਾ, ਇੱਥੇ ਕੀ ਕਿਨੋ ਜੀ, ਇਸ ਟਾਈਮ ਬਾਰਿਸ਼ ਰਾਸ਼ਦ ਸਾਹਿਬ ਜਿਹੜੀ ਹੋਈ ਰਹੀ ਨਾ, ਉਹ ਹੈ ਮਰੀ ਵਾਲੀ ਬਾਰਿਸ਼, ਮਰੀ ਸਮਝਣ, ਮਰੀ ਗਏ ਹੋ ਕਦੇ, ਮਰੀ ਵਿੱਚ ਜਦੋਂ ਜਾਓ ਨਾ, ਮੈਂ ਕਦੇ ਗਿਆ ਨਾ, ਸੁਣਨੇ ਵਿੱਚ ਹੀ ਆਇਆ ਕਿ ਬਾਰਿਸ਼ ਜਿਹੜੀ ਹੋਣੀ ਉਹਨੇ, ਮਤਲਬ ਕਿ ਫੁੱਲਾਂ ਨਾਲ ਜਿਸ ਤਰ੍ਹਾਂ ਨਹੀਂ ਬਾਰਿਸ਼ ਹੋਣੀ ਹੋਣੀ, ਛੋਟੀ ਬਾਰਿਸ਼, ਉਹ ਇਸ ਟਾਈਮ ਹੋਈ ਰਹੀ, ਤਾਂ ਅਸੀਂ ਵੀਡੀਓ ਬਣਾਈ ਰਹੇ ਹਾਂ, ਵਰਨਾ ਇੱਥੇ ਬਾਰਿਸ਼ 'ਚ ਵੀਡੀਓ ਬਣਾਉਣਾ
ਮੁਸ਼ਕਲ ਸੀ, ਮੁਸ਼ਕਲ ਸੀ, ਮੁਸ਼ਕਲ ਵੀ ਸੀ ਤੇ ਨਾਲ ਔਖੀ ਸੀ, ਨਾ ਮੁਮਕਨ ਵੀ ਸੀ। ਤੇ ਬਾਕੀ ਮਾਸ਼ਾਅੱਲਾ ਖੂਬਸੂਰਤ ਜਿਹਾ ਵੈਦਰ। ਤੇ ਇਹ ਜਿਹੜਾ ਛੱਤ ਹੈ, ਮਤਲਬ ਕਿ ਪੂਰਾ ਸਕੂਲ ਨਾ ਹੱਥ ਹੈ, ਕਾਫੀ ਜ਼ਿਆਦਾ ਸਾਡਾ ਬੜਾ ਸਕੂਲ ਹੈ ਰਾਸ਼ਦ ਸਾਹਿਬ। ਤੇ ਮਾਸ਼ਾਅੱਲਾ ਕਾਫੀ ਪੁਰਾਣਾ ਵੀ ਸਕੂਲ ਹੈ, 1969 ਵਿੱਚ ਆਈ ਥਿੰਕ ਜਾਂ 65 ਵਿੱਚ ਇੱਥੇ ਸ਼ਿਫਟ ਹੋਇਆ ਸੀ। 69 ਵਿੱਚ ਪਹਿਲੇ ਆਉਣਾ ਸਾ ਹਿਲ ਬਗਾਮ ਵਾਲੀ ਸਾਈਡ, ਉੱਥੇ ਜਿਹੜਾ ਕਿ ਬਾਰਿਸ਼ ਆਈ ਚੁੱਕੀ ਹੈ, ਪਾਣੀ ਆਈ ਚੁੱਕਿਆ ਆ। ਇਹ ਜਿਹੜਾ ਨਹੀਂ ਹੈ, ਇਹ ਕਸ਼ਮੀਰ ਬਣੇਗਾ ਪਾਕਿਸਤਾਨ, ਕਸ਼ਮੀਰ ਪਾਕਿਸਤਾਨ ਕੀ ਸ਼ਾਹਰਗ ਹੈ। ਮਾਸ਼ਾਅੱਲਾ ਕਾਫੀ ਜ਼ਿਆਦਾ ਸਾਡੇ ਪਾਕਿਸਤਾਨੀ ਭਾਈ ਅਸਾਂ ਕੋਲ ਨਾਰਾਜ਼ ਹੋਏ ਵੇ, ਮਤਲਬ ਕਿ ਅਸਾਂ ਕਿ ਸਮਝਨੇ ਕਿ ਅਸਾਂ ਪਾਕਿਸਤਾਨ ਨੇ ਹੱਕ 'ਚ ਨਾ ਮਾੜਾ ਅਪਰਾਧ ਸੀ ਕਿ ਪਹਿਲੇ ਵੀ ਦੱਸਿਆ ਤਕੀਕਨ ਅਸਾਂ ਸਕੂਲ ਨੇ ਦੀਵਾਰ ਉੱਪਰ ਲਿਖਿਆ ਕਿ ਕਸ਼ਮੀਰ ਬਣੇਗਾ ਪਾਕਿਸਤਾਨ, ਕਸ਼ਮੀਰ ਪਾਕਿਸਤਾਨ ਕੀ ਸ਼ਾਹਰਗ ਹੈ, ਅਤੇ ਕਸ਼ਮੀਰ ਪਾਕਿਸਤਾਨ ਕਸ਼ਮੀਰ ਕੀ ਸ਼ਾਹਰਗ ਹੈ, ਕਸ਼ਮੀਰ ਪਾਕਿਸਤਾਨ ਕੀ ਸ਼ਾਹਰਗ ਹੈ। ਮੈਂ ਹੁਣ ਤੱਕ ਇਤਨਾ ਮੈਂ ਪਜ਼ਲ ਹੋਈ ਗਿਆ। ਅਤੇ ਉਹ ਮਾਸ਼ਾਅੱਲਾ ਜੀ ਸਾਡੇ ਭੈਣਾਂ ਭਰਾ ਹੋ, ਤੁਸੀਂ ਸਾਡੀ ਜਾਨ ਹੋ ਪਾਕਿਸਤਾਨ ਵਾਲੇ, ਸੁਣਾ ਤੁਸਾਂ ਪਰੂ ਜਾਨ ਵੀ ਕੁਰਬਾਨ। ਅਤੇ ਇਸ ਤਰੀਕੇ ਨਾਲ ਨਾ ਸੋਚਿਆ ਕਰੋ, ਪਾਕਿਸਤਾਨ ਸਾਡੇ ਰਗ ਰਗ ਵਿੱਚ ਕਹਿੰਦੇ ਹੋ ਨਾ ਵਸਿਆ ਵਾ, ਤਾਂ ਪਾਕਿਸਤਾਨ ਤੋਂ ਬਗੈਰ ਅਸਾਂ ਨਾ, ਤਾਂ ਸਾਡੇ ਤੋਂ ਬਗੈਰ ਪਾਕਿਸਤਾਨ ਨਹੀਂ। ਲੇਕਿਨ ਕੁਛ ਗੱਲਾਂ ਐਸੀਆਂ ਹੋਣੀਆਂ ਕਿ ਕੋਈ ਕਰੀ ਜਾਣਾ ਨਾ ਉਸ ਟਾਈਮ, ਲਾਈਕ ਉਹ ਫਿਰ ਹਰ ਕਿਸੇ ਨਾਲ ਆਪਣਾ ਮਾਮਲਾਤ ਹੋਣੇ ਨਾ, ਲੇਕਿਨ ਸਾਡੀ ਤਰਫੋਂ ਐਸਾ ਕੋਈ ਮਾਮਲਾ ਨਹੀਂ ਹੈ। ਜਾਣੇ ਰਹਿਣੇ ਆ ਸਾਡੇ ਨਾਨਕੇ ਮਾੜੇ, ਹਾਲਾਂਕਿ ਨਾਨਕੇ ਜਿਹੜੇ ਨਹੀਂ, ਨਾਨਕਾ ਮਾੜਾ ਪਾਕਿਸਤਾਨ ਵਿੱਚ ਹੈ, ਪੰਜਾਬ ਵਿੱਚ ਹੈ। ਅਤੇ ਪਾਕਿਸਤਾਨ ਜਈ ਨਾ ਅੱਛੀ ਨਾ, ਅਤੇ ਮਾਸ਼ਾਅੱਲਾ ਵੈਲਕਮ ਰਾਜ ਸਾਹਿਬ। ਬਾਰਿਸ਼ ਬੜੀ ਤੇਜ਼ ਹੋ ਰਹੀ ਹੈ ਹੁਣ, ਅਤੇ ਠਾ ਠਾ ਹੋ ਰਹੀ, ਹੁਣ ਮੈਂ ਕੀ ਬਰਦਾਸ਼ਤ ਨਹੀਂ ਹੋਣੀ ਵੀ ਮਾੜੀ ਟਿੰਡ ਉੱਪਰ ਹੋਰ ਕੋਈ ਚੀਜ਼ ਨਾ ਹੋਈ ਹੈ। ਬਾਰਿਸ਼ ਹੀ ਪਈ ਸੀ ਨਾ, ਬਾਰਿਸ਼ ਤਾਂ ਪਈ ਜਾਸੀ, ਅਗਰ ਨਾਸ ਵਾਲਾ ਸਿਸਟਮ ਸ਼ੁਰੂ ਹੋਈ ਗਿਆ, ਨਾਸ ਹੋਈ ਗਿਆ ਨਾ, ਫਿਰ ਇੱਥੇ ਰਹਿਣਾ ਨਹੀਂ ਕੱਖ ਨਹੀਂ ਨਾ। ਤਾਂ ਬਾਕੀ ਫਿਰ ਵੀਡੀਓ ਕੌਣ ਬਣਾ ਸੀ, ਤੁਸਾਂ ਮਾਰਿਓ ਡਡਿਆਲ ਟੀਵੀ ਮਾਰਿਓ, ਰਾਸ਼ਦ ਸਾਹਿਬ ਤੁਸਾਂ ਤਾਂ ਬਣਾ ਸੋ ਨਾ ਆਪਣੇ ਪੇਜ ਮਾਰਿਓ, ਰਾਸ਼ਦ ਸ਼ਬੀਰ ਮਾਰਿਓ, ਅਤੇ ਡਡਿਆਲ ਟੀਵੀ ਮਾਰਿਓ, ਕੌਣ ਵੀਡੀਓ ਬਣਾ ਸੀ ਫਿਰ। ਚਲੋ ਵੀਡੀਓ ਬਣਾਈ ਗਈ ਸਰ, ਤਾਂ ਵੈਸੇ ਕਸਮੇ ਉਹ ਆਉਣੇ ਹੋਣੇ ਰਾਜ ਸਾਹਿਬ, ਇਹ ਨਾ ਕਰੋ ਨਾ। ਵੈਸੇ ਮੁਹਾਵਰਾ ਹੈ ਨਾ, ਜਿਹੜਾ ਮਜ਼ਾ ਟਿੰਡ ਵਿੱਚ ਹੈ ਉਹ ਨਾ ਸ਼ਹਿਰ ਵਿੱਚ ਹੈ ਤਾਂ ਨਾ ਪਿੰਡ ਵਿੱਚ ਹੈ। ਬਿਲਕੁਲ ਫਸਟ ਟਾਈਮ ਟਿੰਡ ਕਰਾਈ ਤਾਂ ਮਹਿਸੂਸ ਹੋਇਆ ਕਿ ਵਾਕਈ ਇਹ ਜਿਹੜਾ ਕੁਛ ਦੱਸਿਆ ਨਾ ਕਿ ਬਿਲਕੁਲ ਜ਼ਬਰਦਸਤ ਕੁਛ ਤਰੀਕੇ ਨਾਲ ਦੱਸਿਆ। ਇਹ ਅਸਲ ਅਲੀ ਕਰਾਸਾ ਨਾ ਜੀ, ਹੁਣ ਬਾਰਿਸ਼ ਬੜੀ ਤੇਜ਼ੀ ਨਾਲ ਹੋਈ ਰਹੀ ਹੈ ਰਾਸ਼ਦ ਸਾਹਿਬ, ਤਾਂ ਹੁਣ ਮੈਨੂੰ ਲੱਗਣਾ ਕੂਚ ਕੀਤਾ ਜਾਏ ਤਾਂ, ਅਗਰ ਇਹ ਵੀਡੀਓ ਚਲੀ ਗਈ 2,00,000 ਮਤਲਬ ਕਿ 2,00,000 ਚਲੀ ਗਈ ਹੈ, 2,00,000 ਤੱਕ ਗਈ, ਫਿਰ ਉਸ ਤਰ੍ਹਾਂ ਹੋਰ ਮਰਵਾਈ ਉੱਠ ਸਾਨੂੰ, ਹਾਲੇ ਫਿਲਹਾਲ ਮੁਕੰਮਲ ਟਿੰਡ ਨਹੀਂ ਹੈ। ਮਾਸ਼ਾਅੱਲਾ ਪਿਛਲੀ ਜਿਹੜੀ ਸਾਡੀ ਵੀਡੀਓ ਸੀ ਰਾਸ਼ਦ ਸਾਹਿਬ, ਭੈਣਾਂ ਭਰਾਵਾਂ ਸਪੋਰਟ ਕੀਤੀ ਹੈ ਅਸਾਂ ਕਿ ਗਰੰਡਿਆਂ ਪਰ ਸਾਡੀ ਵੀਡੀਓ ਮਾਸ਼ਾਅੱਲਾ ਰਾਸ਼ਦ ਸਾਹਿਬ ਕਿਤਨੇ ਵਿਊ ਹੋਈ ਗਏ ਸੀ, ਤਕਰੀਬਨ 2,00,000 ਵਿਊ ਹੋ ਚੁੱਕੇ ਹੈ ਅਜੇ ਤੱਕ, ਮੁਸਲਸਲ ਉਹ ਜਾਈ ਰਹੀ। ਔਰ ਕਾਫੀ ਸਾਰੇ ਦੋਸਤਾਂ ਸਾਡੇ ਨਾਲ ਰਾਬਤਾ ਕੀਤਾ ਹੈ ਫੋਨ ਉੱਪਰ ਕਿ ਗਰੰਡੇ ਕੈਸੇ ਸੀ, ਗਰੰਡੇ ਬੜੇ ਮਿੱਠੇ ਸੀ। ਗਰੰਡਿਆਂ ਤੋਂ ਕਿਹਾ ਜਾਂਦਾ ਕਿ ਹਲਵਾ ਜ਼ਿਆਦਾ ਚੱਲ ਸੀ, ਨਹੀਂ ਹਲਵਾ ਨਹੀਂ ਚੱਲਣਾ, ਗਰੰਡੇ ਜਿਤਨੇ ਚੱਲੇ ਨਾ ਤਾਂ ਹਲਵਾ। ਮੈਂ ਆਉਣਾ ਕਿ ਸੀਜ਼ਨ ਹੋਣਾ ਨਾ, ਮੌਸਮ ਹੋਣਾ ਕੁਛ, ਅੱਜ ਮੌਸਮ ਹੈ ਨਾ। ਤਾਂ ਵੀਡੀਓ ਮਾਸ਼ਾਅੱਲਾ ਕਾਫੀ ਅੱਗੇ ਜਾਸੀ ਹੈ, 2-3 ਦਿਨ ਚੱਲ ਸੀ ਨਾ, ਤਾਂ 2-3 ਦਿਨ ਬਾਰਿਸ਼ਾਂ ਵੀ ਆ, ਸ਼ਾਇਦ ਚੱਲੀ ਜੇ, ਮੇ ਬੀ, ਪੋਜ਼ੀਟਿਵ ਸੋਚਣਾ ਚਾਹੀਦਾ। ਤਾਂ ਭੈਣੋ ਤਾਂ ਭਰਾਓ, ਹਲਵਾ ਖਾਓ, ਗਰੰਡੇ ਖਾਓ। ਅਤੇ ਰਾਸ਼ਦ ਸਾਹਿਬ ਗਰੰਡੇ ਹਨੀ ਵਜ੍ਹਾ ਸੂ ਕੋਈ ਮੈਨੂੰ ਲੱਗਣਾ ਮੈਂ ਕੋਈ ਮਹਿਸੂਸ ਹੋਇਆ ਕਿ ਖੂਨ ਸ਼ੂਨ ਹੀ ਵਧਿਆ, ਖੂਨ ਸ਼ੂਨ ਵੀ ਕਾਫੀ ਜ਼ਿਆਦਾ ਵਧਿਆ, ਲਾਲੀ ਸ਼ਾਲੀ ਵੀ ਆਈ ਗਈ ਹੈ ਮੂੰਹ ਪਰ, ਤੁਸਾਂ ਨੇ ਮਾਸ਼ਾਅੱਲਾ ਚਮਕਣਾ ਪਾ ਚਿਹਰਾ ਮੁਬਾਰਕ। ਅੱਜ ਅਸਲ ਵਿੱਚ ਅਸਾਂ ਕਿ ਥੋੜ੍ਹਾ ਜਿਹਾ ਲੇਟ ਹੋਈ ਗਿਆ ਨਾ, ਗਰੰਡੇ ਅਸਾਂ ਥੋੜ੍ਹਾ ਜਿਹਾ ਮਤਲਬ ਕਿ ਇਤਨੇ ਨਹੀਂ ਖਾਧੇ, ਹੁਣ ਜੁਲਿਆ ਕਰਸਾਂ ਇਨਸ਼ਾਅੱਲਾ, ਰੋਜ਼ਾਨਾ ਗਰੰਡੇ ਵੀ ਖਾਇਆ ਕਰਸਾਂ। ਔਰ ਨਾਲ ਤੁਸਾਂ ਭੈਣਾਂ ਭਰਾਵਾਂ ਕੀ ਵੀ ਦੱਸਿਆ ਕਰਸਾਂ, ਉਸ ਜੰਗਲ 'ਚ ਫਿਰ ਜਾਣਾ ਅਸਾਂ ਨੈਕਸਟ ਰਿਕਾਰਡ ਡਾਕੂਮੈਂਟਰੀ ਬਣਾਉਣੀ। ਮਾਸ਼ਾਅੱਲਾ ਸਾਡੇ ਜੰਗਲ ਬੜੇ ਅੱਛੇ ਰਾਸ਼ਦ ਸਾਹਿਬ, ਇਹ ਪਾਕਿਸਤਾਨੀ ਲੋਕ ਜਿਹੜੇ ਨਹੀਂ ਹੋਣੇ, ਕਸ਼ਮੀਰ ਨੇ ਲੋਕ ਜਿਹੜੇ ਬਾਹਰਲੇ ਮਮਾਲਕ 'ਚ, ਉਹ ਬੜੀਆਂ ਇਹਨਾਂ ਚੀਜ਼ਾਂ ਕਿ ਮਿਸ ਕਰਨੇ। ਤਾਂ ਮਾਸ਼ਾਅੱਲਾ ਕੁਝ ਦੋ ਸਾਡੇ ਗਰੰਡੇ ਮੰਗਣੇ ਵੀ ਸੀ ਸਾਡੇ ਕੋਲੋਂ, ਹੁਣ ਕਿਸ ਤਰ੍ਹਾਂ ਦੇ ਹਾਂ ਜੀ ਉਹਨਾਂ ਕੀ ਗਰੰਡੇ, ਉਹ ਪੂਰੇ ਇੱਕ ਦਿਨ ਲਾਉਣਾ ਪੈਸੀ ਉਹਨਾਂ ਕੀ ਇਕੱਠਿਆਂ ਕਰਨੇ, ਇਹ ਬੜਾ ਮੁਸ਼ਕਲ ਕੰਮ ਹੈ ਗਰੰਡੇ ਇਕੱਠੇ ਕਰਨਾ। ਤਾਂ ਵੈਸੇ ਬਾਰਿਸ਼ਾਂ ਹੋ ਗਈਆਂ, ਖਰਾਬ ਹੋਈ ਗਈ ਉਸ, ਖਰਾਬ ਹੋਈ ਗਈ ਉਸ ਅੰਤਰ। ਮਾਸ਼ਾਅੱਲਾ ਦੁਆ ਕਰੋ ਇੱਥੇ ਕਦੇ ਰਾਸ਼ਦ ਸਾਹਿਬ ਬਰਫ਼ ਨਹੀਂ ਪਈ ਹੈ, ਨਾਸ ਪੈਣਾ ਰਹਿਣਾ ਲੇਕਿਨ ਬਰਫ਼ ਨਹੀਂ ਪਈ ਹੈ। ਮੈਂ ਆਉਣਾ ਇੱਕ ਵਾਰੀ ਇੱਥੇ ਵੀ ਕਦੇ ਬਰਫ਼ ਪਈ ਜਾਣਾ ਤਾਂ ਕਮਾਲ ਹੋਈ ਜਾਸੀ, ਇਨਸ਼ਾਅੱਲਾ ਦੁਆ ਕਰਿਆ। ਸਾਡੇ ਭੈਣਾਂ ਭਰਾ ਖੁਸ਼ ਰਹੋ, ਹਲਵੇ ਖਾਓ, ਭਾਵੇਂ ਬੈਰ ਖਾਓ, ਭਾਵੇਂ ਗਰੰਡੇ ਖਾਓ, ਜੇ ਕੋਈ ਮਰਜ਼ੀ ਖਾਓ, ਲੇਕਿਨ ਅਸੀਂ ਦੱਸਣਾ ਹਲਵਾ ਕੁਛ ਕੁਛ ਪਿਆ ਸੀ, ਅਸਾਂ ਕੀ ਦੁਆ ਯਾਦ ਰੱਖਿਆ। ਅੱਲਾ ਹਾਫਿਜ਼, ਬਾਏ ਬਾਏ। ਮਾੜਾ ਬਣ ਸਿੱਖ ਤੂੰ ਮਜ਼ਮਾ, ਓ ਮਾਇਆ ਡੁੱਡਿਆ।